ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਭਗਵੰਤ ਮਾਨ ਇੱਕ ਵਾਰੀ ਫਿਰ ਫੇਸਬੁੱਕ 'ਤੇ ਤੁਹਾਡੇ ਨਾਲ ਕੁਛ ਗੱਲਾਂ ਬਾਤਾਂ ਕਰਨ ਲਈ ਹਾਜ਼ਰ ਹਾਂ। ਦੋ ਤਿੰਨ ਟੋਪਿਕ ਨੇ ਜਿਨ੍ਹਾਂ ਬਾਰੇ ਅੱਜ ਮੈਂ ਗੱਲ ਕਰਨੀ ਚਾਹੂੰਗਾ। ਇੱਕ ਤਾਂ ਅੱਜ ਕੱਲ੍ਹ ਵਿਰੋਧੀ ਪਾਰਟੀਆਂ ਵੱਲੋਂ ਪੰਜਾਬ ਦੇ ਵਿੱਚ ਅਫਵਾਹਾਂ ਫੈਲਾਈਆਂ ਜਾ ਰਹੀਆਂ ਨੇ, ਗਲਤ ਅਫਵਾਹਾਂ, ਤਾਂ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਵਲੰਟੀਅਰ ਨੇ ਉਹਨਾਂ ਦੇ ਵਿੱਚ ਕੋਈ ਗਲਤ ਫਹਿਮੀ ਪੈਦਾ ਹੋ ਜਾਏ ਕਿ ਜੀ ਇਹਨੂੰ ਟਿਕਟ ਮਿਲ ਗਈ ਜੀ, ਉਹਨੂੰ ਮਿਲ ਗਈ ਜੀ, ਉਹ ਮੈਨੂੰ ਕਹਿੰਦਾ ਸੀ ਜੀ, ਹੁਣ ਉਹਦੀ ਤਾਂ ਗੱਲ ਸਿੱਧੀ ਹੋ ਗਈ ਜੀ। ਇਹ ਗੱਲ ਮੈਂ ਸਾਫ਼ ਕਰ ਦੇਣ ਚਾਹੁੰਦਾ, ਖਾਸ ਤੌਰ 'ਤੇ ਸਾਡੇ ਵਲੰਟੀਅਰਾਂ ਨੂੰ, ਸਾਡੇ ਆਮ ਆਦਮੀ ਪਾਰਟੀ ਦੇ ਸਮਰਥਕਾਂ ਨੂੰ ਹਮਦਰਦਨ, ਕਿ ਆਮ ਆਦਮੀ ਪਾਰਟੀ ਦਾ ਟਿਕਟ ਦੇਣ ਦਾ ਕ੍ਰਿਟੇਰੀਆ ਜਿਹੜਾ ਉਹ ਬਹੁਤ ਪਾਰਦਰਸ਼ੀ ਹੈ। ਪਹਿਲਾਂ ਜਿਹੜੇ ਨਾਮ ਰੈਫਰੈਂਸ ਲਏ ਜਾਂਦੇ ਨੇ ਵਲੰਟੀਅਰਸ ਤੋਂ, ਫਿਰ ਉਹਨਾਂ ਨਾਮਾਂ ਨੂੰ ਉਹਨਾਂ ਦੇ ਸਾਹਮਣੇ ਅਨਾਊਂਸ ਕਰ ਦਿੱਤਾ ਜਾਂਦਾ ਤਾਂ ਕਿ ਕਿਸੇ ਨੂੰ ਕੋਈ ਗਲਤ ਫਹਿਮੀ ਨਾ ਰਹੇ। ਅਤੇ ਉਸ ਤੋਂ ਬਾਅਦ ਫਿਰ ਕੰਪੇਨ ਕਮੇਟੀ ਦੀ ਮੀਟਿੰਗ ਜਿਹੜੀ ਹੈ ਉਹ ਹੁੰਦੀ ਹੈ, ਜਿਹਦੇ 16 ਮੈਂਬਰ ਨੇ, ਜਿਨ੍ਹਾਂ ਦੇ ਵਿੱਚ ਮੇਰਾ ਨਾਮ ਵੀ ਹੈ, ਜਿਨ੍ਹਾਂ ਦੇ ਵਿੱਚ ਸੰਜੇ ਸਿੰਘ ਜੀ ਵੀ ਨੇ, ਜਿਨ੍ਹਾਂ ਦੇ ਵਿੱਚ ਬੂਟਾ ਸਿੰਘ ਸ਼ਾਂਤ ਨੇ, ਜਿਨ੍ਹਾਂ ਦੇ ਵਿੱਚ ਸੰਘੇੜਾ ਸਾਹਿਬ ਨੇ, ਕੰਵਰ ਸੰਧੂ ਜੀ ਨੇ, ਸੁਖਪਾਲ ਖਹਿਰਾ ਜੀ ਨੇ, ਗੁਰਪ੍ਰੀਤ ਘੁੱਗੀ ਨੇ, ਯਾਮਨੀ ਗੋਮਰ ਹੈ, ਬਲਜਿੰਦਰ ਕੌਰ ਹੈ, ਹਰਜੋਤ ਬੈਂਸ ਹੈ, ਹਿੰਮਤ ਸਿੰਘ ਸ਼ੇਰਗਿੱਲ ਹੈ, ਪੂਰੀ ਪੰਜਾਬ ਦੀ ਜਿਹੜੀ ਟੀਮ ਹੈ ਉਹ ਬਹਿੰਦੀ ਹੈ। ਇਕੱਲੇ ਇਕੱਲੇ ਨਾਮ 'ਤੇ ਡਿਸਕਸ਼ਨ ਹੁੰਦਾ, ਫਿਰ ਉਹਦੇ 'ਚੋਂ ਇਕੱਲੇ ਇਕੱਲੇ ਨਾਮ ਬਾਰੇ ਪੁੱਛ ਲਿਆ ਜਾਂਦਾ। ਜਿਵੇਂ ਫਰਜ਼ ਕਰੋ ਕਿਸੇ ਨਾਮ ਬਾਰੇ ਮੈਨੂੰ ਪਤਾ ਹੋਵੇ ਕਿ ਹਾਂਜੀ ਮੈਂ ਰੈਲੀ 'ਤੇ ਗਿਆ ਸੀ, ਇਸ ਮੁੰਡੇ ਨੇ ਕਾਫੀ ਕੰਮ ਕੀਤਾ ਹੈ, ਮੁੰਡਾ ਬਹੁਤ ਅੱਛਾ ਕੰਮ ਕਰ ਰਿਹਾ, ਤਾਂ ਉਹਦਾ ਟੌਪ 5 ਦੇ ਵਿੱਚ ਨਾਮ ਫਰਜ਼ ਕਰ ਲਓ ਆ ਜਾਂਦਾ, ਕਿਤੋਂ 6 ਵੀ ਆ ਜਾਂਦੇ ਨੇ। ਫਿਰ ਪ੍ਰੋਪਰ ਸਰਵੇ ਹੁੰਦਾ, ਗੁਪਤ ਸਰਵੇ ਹੁੰਦਾ ਕਿ ਕਿਹੜੇ ਬੰਦੇ ਜਿਹੜੇ ਨੇ ਉਹਨਾਂ ਨੂੰ ਉਹ ਅੱਛਾ ਕੰਮ ਕਰ ਰਹੇ ਨੇ ਪਾਰਟੀ 'ਚ। ਫਿਰ ਇਹ ਨਾਮ ਜਿਹੜੇ ਨੇ ਇਹ PAC ਨੂੰ ਭੇਜ ਦਿੱਤੇ ਜਾਂਦੇ ਨੇ, ਪੋਲੀਟੀਕਲ ਅਫੇਅਰ ਕਮੇਟੀ। ਫਿਰ ਉਹ ਜਿਹੜੀ ਕਮੇਟੀ ਹੈ ਉਹ ਫਾਈਨਲ ਕਰਦੀ ਹੈ ਕਿ ਉਹ ਆਪਣੇ ਤੌਰ 'ਤੇ ਸਰਵੇ ਕਰਾਉਂਦੇ ਨੇ। ਅਤੇ ਐਂਬੂਲੈਂਸ ਆ ਰਹੀ ਹੈ, ਲੰਘ ਜਾਂਦੇ ਐਂਬੂਲੈਂਸ ਸਾਈਡ। ਉਸ ਤੋਂ ਬਾਅਦ ਫਿਰ ਜਿਹੜਾ ਨਾਮ ਹੈ ਉਹ ਫਾਈਨਲ ਕੀਤਾ ਜਾਂਦਾ। ਸੋ ਕਿਸੇ ਦੇ ਕਹਿਣ 'ਤੇ, ਕਿਸੇ ਦੇ ਕੋਟੇ 'ਚ ਜਾਂ ਕਿਸੇ ਪੈਸੇ ਨਾਲ ਆਮ ਆਦਮੀ ਪਾਰਟੀ 'ਚ ਟਿਕਟ ਨਹੀਂ ਮਿਲਦੀ, ਇਹ ਤਾਂ ਮੈਂ ਗਲਤ ਫਹਿਮੀ ਦੂਰ ਕਰਨੀ ਚਾਹੁੰਦਾ। ਨੰਬਰ 2 'ਤੇ ਇੱਕ ਮੈਂ ਇਨਫੋਰਮੇਸ਼ਨ ਵੀ ਦੇਣੀ ਚਾਹੁੰਦਾ, ਖਾਸ ਤੌਰ 'ਤੇ ਸਾਰੇ ਪੰਜਾਬੀਆਂ ਨੂੰ, ਕਿਉਂਕਿ ਲੋਕਤੰਤਰ ਦੇ ਵਿੱਚ ਵੋਟ ਸਭ ਤੋਂ ਵੱਡਾ ਹਥਿਆਰ ਹੈ। ਅੱਜ ਕੱਲ੍ਹ ਵੋਟਾਂ ਬਣ ਰਹੀਆਂ ਨੇ, ਇਲੈਕਸ਼ਨ ਕਮਿਸ਼ਨ ਵੱਲੋਂ ਵੋਟਾਂ ਬਣਾਈਆਂ ਜਾ ਰਹੀਆਂ ਨੇ ਨਵੀਆਂ। ਇਸ ਕਰਕੇ ਤੁਹਾਡਾ ਕੋਈ ਦੋਸਤ ਜਾਂ ਤੁਸੀਂ ਜਾਂ ਤੁਹਾਡਾ ਕੋਈ ਮਿੱਤਰ ਐਸਾ ਜਾਂ ਉਹਨਾਂ ਦੇ ਘਰ ਦੇ ਜਾਂ ਭੈਣ ਭਾਈ ਕੋਈ 18 ਸਾਲ ਦਾ ਹੋ ਗਿਆ ਜਾਂ 1 ਜਨਵਰੀ 2017 ਤੱਕ 18 ਸਾਲ ਦਾ ਹੋ ਜੂਗਾ ਤਾਂ ਉਹਨਾਂ ਦੀਆਂ ਵੋਟਾਂ ਬਣ ਰਹੀਆਂ ਨੇ। ਪਲੀਜ਼ ਇਸ ਹਥਿਆਰ ਨੂੰ ਜੀ, ਕਿਉਂਕਿ ਲੋਕਤੰਤਰ ਦੇ ਵਿੱਚ ਸਭ ਤੋਂ ਵੱਡਾ ਹਥਿਆਰ ਵੋਟ ਹੈ। ਸੋ ਕਿਉਂਕਿ ਇੱਥੇ ਥੋੜ੍ਹਾ ਸਿਗਨਲ ਦੀ ਪ੍ਰੋਬਲਮ ਹੈ, ਉਹਦੇ ਵਾਸਤੇ ਮਾਫ਼ੀ ਮੰਗਦਾ। ਅਤੇ ਜਿਹੜੇ NRIs ਬੈਠੇ ਨੇ ਪੂਰੀ ਦੁਨੀਆ ਦੇ ਵਿੱਚ, ਪੰਜਾਬੀ ਜਿੱਥੇ ਵੀ ਬੈਠੇ ਨੇ, ਉਹਨਾਂ ਲਈ ਵੀ ਇੱਕ ਇਨਫੋਰਮੇਸ਼ਨ ਹੈ ਇਲੈਕਸ਼ਨ ਕਮਿਸ਼ਨ ਵੱਲੋਂ ਕਿ ਉਹ ਇਲੈਕਸ਼ਨ ਕਮਿਸ਼ਨ ਦੀ ਵੈਬਸਾਈਟ, ਆਫੀਸ਼ੀਅਲ ਵੈਬਸਾਈਟ ਜਿਹੜੀ ਹੈ ਉੱਥੇ ਜਾ ਕੇ ਔਨਲਾਈਨ ਆਪਣੀ ਵੋਟ ਬਣਾ ਸਕਦੇ ਨੇ ਜੇ ਤੁਸੀਂ ਇੰਡੀਅਨ ਪਾਸਪੋਰਟ ਹੋਲਡਰ ਹੋ। ਭਾਵੇਂ ਤੁਹਾਡੇ ਕੋਲ PR ਹੈ ਪਰ ਤੁਹਾਡੇ ਕੋਲ ਪਾਸਪੋਰਟ ਇੰਡੀਅਨ ਹੈ ਤਾਂ ਵੈਬਸਾਈਟ 'ਤੇ ਜਾ ਕੇ ਆਪਣਾ ਘਰ ਦਾ ਐਡਰੈਸ, ਆਪਣਾ ਪਾਸਪੋਰਟ ਦਾ ਨੰਬਰ ਭਰੋ ਅਤੇ ਤੁਸੀਂ ਉਹਨੂੰ ਪ੍ਰਿੰਟ ਕਰ ਲਓ, ਜੋ ਵੀ ਤੁਹਾਨੂੰ ਉੱਥੇ ਇਨਫੋਰਮੇਸ਼ਨ ਮਿਲੂਗੀ ਉਹਨੂੰ ਫੋਟੋ ਕਾਪੀ ਕਰਕੇ ਉਹਦੀ ਜਿਹੜਾ ਪ੍ਰੋਪਰ ਐਡਰੈਸ ਦਿੱਤਾ ਹੋਇਆ ਉੱਥੇ ਤੁਸੀਂ ਭੇਜੋ ਤਾਂ ਤੁਹਾਨੂੰ ਬੈਕ ਈਮੇਲ ਆਊਗੀ ਇਲੈਕਸ਼ਨ ਕਮਿਸ਼ਨ ਵੱਲੋਂ, ਫੋਟੋ ਸਮੇਤ, ਫੋਟੋ ਵੀ ਉੱਥੇ ਲੱਗੂਗੀ। ਉਸੇ ਨੂੰ ਤੁਸੀਂ ਐਜ਼ ਏ ਆਈ ਕਾਰਡ ਦੇ ਤੌਰ 'ਤੇ, ਵੋਟਰ ਕਾਰਡ ਦੇ ਤੌਰ 'ਤੇ ਯੂਜ਼ ਕਰ ਸਕਦੇ ਹੋ। ਕੋਈ ਜ਼ਰੂਰੀ ਨਹੀਂ ਕਿ ਤੁਸੀਂ ਇੱਥੇ ਆ ਕੇ ਵੋਟ ਬਣਾਓ, ਵੋਟ ਪਾਉਣ ਵਾਸਤੇ ਤੁਸੀਂ ਇੱਥੇ ਜਦੋਂ ਮਰਜ਼ੀ ਆ ਸਕਦੇ ਹੋ। ਤਾਂ ਇਹ 2 ਦਿਨ ਪਹਿਲਾਂ ਵੋਟਾਂ ਤੋਂ ਆ ਜਾਓ ਅਤੇ ਚਲੇ ਜਾਓ, ਕਿਉਂਕਿ ਬਹੁਤ ਸਾਰਾ ਜਿਹੜਾ ਪੰਜਾਬ ਦਾ ਜਿਹੜਾ ਨੌਜਵਾਨ, ਪੰਜਾਬ ਦੇ ਲੋਕ, ਪੰਜਾਬੀ ਜਿਹੜੇ ਨੇ ਉਹ ਬਾਹਰਲੇ ਮੁਲਕਾਂ 'ਚ ਬੈਠੇ ਨੇ, ਪਤਾ ਸਾਡੀ ਸਪੋਰਟ ਕਰਦੇ ਨੇ ਉਹਨੂੰ, ਪਤਾ ਸਿਸਟਮ ਨੂੰ ਬਦਲਣ ਦੇ ਹਾਮੀ ਨੇ, ਪਰ ਜੇ ਵੋਟ ਨਹੀਂ ਪਾ ਸਕੋਗੇ ਤਾਂ ਫਿਰ ਅੱਧ ਪਚੱਧਾ ਫਿਰ ਸਿਸਟਮ ਬਦਲੂਗਾ। ਸੋ ਆਹ 1-2 ਇਨਫੋਰਮੇਸ਼ਨ ਵਾਸਤੇ ਮੈਂ ਲਾਈਵ ਹੋਇਆ ਸੀ। ਔਰ ਤੁਸੀਂ ਇੰਨੀ ਭਾਰੀ ਗਿਣਤੀ 'ਚ ਇਸ ਵਕਤ 1100-1200 ਤੋਂ ਜ਼ਿਆਦਾ ਤੁਸੀਂ ਲਾਈਵ ਸੁਣ ਰਹੇ ਹੋ ਅਤੇ ਤੁਹਾਡੇ ਅਣਗਿਣਤ ਜਿਹੜੇ ਨੇ ਮੈਸੇਜ ਮਿਲ ਰਹੇ ਨੇ। ਸੋ ਜਿੰਨੀਆਂ ਵੀ ਹੁਣ ਤੱਕ ਫੰਕਸ਼ਨ ਹੋਏ 'ਤੇ ਬਹੁਤ ਬਹੁਤ
ਧੰਨਵਾਦ ਕਰਦੇ ਹਾਂ ਕਿ ਤੁਸੀਂ ਹਰੇਕ ਰੈਲੀ ਹਰੇਕ ਈਵੈਂਟ ਨੂੰ ਚਾਹੇ ਪਰਿਵਾਰ ਜੋੜੋ ਹੈ ਚਾਹੇ ਪੰਜਾਬ ਜੋੜੋ ਹੈ ਇੰਨਾ ਸਫਲ ਬਣਾਉਂਦੇ ਹੋ। ਇੱਥੋਂ ਇਹ ਸਿੱਧ ਹੁੰਦਾ ਕਿ ਪੰਜਾਬੀ ਜਿਹੜੇ ਨੇ ਉਹ ਨਵੀਂ ਕ੍ਰਾਂਤੀ ਵਾਸਤੇ ਬਿਲਕੁਲ ਤਿਆਰ ਨੇ ਅਤੇ ਸਾਡੇ ਹੌਸਲੇ ਵਧਾਉਣ ਲਈ ਤੁਹਾਡਾ ਧੰਨਵਾਦ। ਤੁਸੀਂ ਜਿੰਨਾ ਹੌਸਲਾ ਵਧਾਉਂਦੇ ਹੋ ਅਸੀਂ ਦੁੱਗਣੇ ਤਿੱਗਣੇ ਹੌਸਲੇ ਨਾਲ ਕੰਮ ਕਰਦੇ ਰਹਾਂਗੇ। ਅਫਵਾਹਾਂ ਤੋਂ ਬਚਿਓ, ਵਿਰੋਧੀਆਂ ਦੀਆਂ ਚਾਲਾਂ ਤੋਂ ਬਚਿਓ, ਸਾਡੀਆਂ ਲੀਡਰਸ਼ਿਪ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਹੋਣਗੀਆਂ ਔਰ ਇਹੀ ਬੇਨਤੀ ਹੈ ਕਿ ਜਿੰਨਾ ਚਿਰ ਤੁਸੀਂ ਸਾਡੇ ਨਾਲ ਹੋ ਅਸੀਂ ਤੁਹਾਡੇ ਨਾਲ। ਇਨਕਲਾਬ ਜ਼ਿੰਦਾਬਾਦ।